ਪੰਜਾਬ ਵਿੱਚ ਨਸ਼ਾ ਛਡਾਊ ਕੇਂਦਰਾਂ ਅਤੇ ਰੀਹੈਬਿਲਿਟੇਸ਼ਨ ਔਰ ਸੈਂਟਰਾਂ ਦੇ ਤਨਾਤ ਠੇਕਾ ਆਧਾਰਿਤ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਹਾ ਦਾ ਨਾਰਾ ਮਾਰ ਰਹੇ ਹਨ। ਹੜਤਾਲ ਉੱਪਰ ਹਨ। ਤਰਨ ਤਾਰਨ ਦੇ ਠਰੂ ਸੈਂਟਰ ਵਿਖੇ ਹੜਤਾਲੀ ਮੁਲਾਜ਼ਮਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਪੱਧਰ ਉੱਪਰ ਕੀਤੀ ਗਈ ਇਸ ਹੜਤਾਲ ਜ਼ਰੀਏ ਮੁਲਾਜ਼ਮ ਆਪਣਾ ਸੁਨੇਹਾ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ ਜੋ ਇਹਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਹਨਾਂ ਦੀ ਮੰਗ ਹੈ ਕਿ ਠੇਕੇ ਅਤੇ ਆਊਟਸੋਰਸਿੰਗ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਸਰਕਾਰ ਪੱਕਿਆਂ ਕਰੇ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੱਤੇ ਰੈਗੂਲਰ ਮੁਲਾਜ਼ਮਾਂ ਦੀ ਤਰਜ਼ ਉੱਪਰ ਦਿੱਤੇ ਜਾਣ, ਮੁਲਾਜ਼ਮਾਂ ਦਾ ਇੰਕਰੀਮੈਂਟ 6% ਤੋਂ ਵਧਾ ਕੇ 10% ਕੀਤਾ ਜਾਵੇ। ਹੜਤਾਲੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਨੂੰ ਮਜਬੂਰ ਹੋਣਗੇ। ਕਿਉਂ ਅਸੀਂ ਨਸ਼ਾ ਛਡਾਓ ਮੁਲਾਜ਼ਮ ਯੂਨੀਅਨ ਤੋਂ ਇੰਪਲੋਇਸ ਹਾਂ ਔਰ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਜਿਹੜੀਆਂ ਵਾਰ ਵਾਰ ਯਾਦ ਕਰਾ ਰਹੇ ਹਾਂ। ਪਹਿਲਾਂ 2 ਅਤੇ 3 ਤਰੀਕ ਨੂੰ ਅਸੀਂ ਕਾਲੇ ਬਿੱਲੇ ਲਾ ਕੇ ਆਪਣਾ ਪ੍ਰਦਰਸ਼ਨ ਕੀਤਾ ਸੀ, ਜਿਸ ਦੇ ਬਾਵਜੂਦ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਔਰ ਸਾਡੀਆਂ ਮੇਨ ਮੰਗਾਂ ਇਹੀ ਨੇ ਕਿ ਅਸੀਂ ਇੱਕ ਓਟ ਸੈਂਟਰਾਂ ਵਿੱਚ ਡਿਊਟੀ ਕਰ ਰਹੇ ਹਾਂ ਜਿੱਥੇ ਪਹਿਲ ਦੇ ਆਧਾਰ 'ਤੇ ਸਿਪਾਹੀਆਂ ਵਾਂਗ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਔਰ ਸਰਕਾਰ ਬਿਲਕੁਲ ਵੀ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਰਹੀ ਹੈ। ਸਾਡੀਆਂ ਮੇਨ ਮੰਗਾਂ ਇਹ ਨੇ ਕਿ ਸਾਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਸਲਾਨਾ ਜਿਹੜਾ ਸਾਡਾ ਇੰਕਰੀਮੈਂਟ ਹੈ 6% ਤੋਂ ਵਧਾ ਕੇ ਸਾਡਾ 10% ਕੀਤਾ ਜਾਵੇ। ਔਰ ਕਈ ਮੁਲਾਜ਼ਮ ਸਾਡੇ 100 ਤੋਂ 150 ਕਿਲੋਮੀਟਰ ਦੂਰੋਂ ਚੱਲ ਕੇ ਆ ਰਹੇ ਨੇ, ਉਹਨਾਂ ਨੂੰ ਕੋਈ ਮਹਿੰਗਾਈ ਭੱਤਾ ਦਿੱਤਾ ਜਾਵੇ, ਕੋਈ ਬੋਨਸ ਦਿੱਤਾ ਜਾਵੇ। ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਸਮੇਂ NHM ਨੂੰ ਲਾਇਲਟੀ ਬੋਨਸ ਦਿੱਤਾ ਸੀ, ਪਰ ਸਾਡੇ ਵਾਰੀ ਸਰਕਾਰ ਕੋਲ ਬੋਨਸ ਵੀ ਖਤਮ ਹੋ ਗਿਆ। ਔਰ ਅਸੀਂ ਓਟ ਸੈਂਟਰਾਂ ਵਿੱਚ ਲਗਭਗ ਇੱਥੇ ਜਿਹੜੇ ਤਰਨ ਤਾਰਨ ਦੇ ਵਿੱਚ 14 ਓਟ ਸੈਂਟਰ ਚੱਲ ਰਹੇ ਨੇ ਜਿਹਦੇ ਵਿੱਚ ਡੇਲੀ 2400 ਤੋਂ 2600 ਮਰੀਜ਼ ਆ ਕੇ ਦਵਾਈ ਖਾ ਰਹੇ ਨੇ। ਔਰ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਆ ਓਟ ਸੈਂਟਰਾਂ ਦੇ ਮਰੀਜ਼ ਬਹੁਤ ਹੀ ਖਰਾਬ ਹੋਏ ਨੇ। ਅਸੀਂ ਦਿਲੋਂ ਨਹੀਂ ਚਾਹੁੰਦੇ ਕਿ ਇਹ ਜਿਹੜੇ ਨਸ਼ਾ ਛੱਡਣ ਵਾਲੇ ਮਰੀਜ਼ ਨੇ ਇਹ ਖਰਾਬ ਹੋਣ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣਾ ਨਸ਼ਾ ਛੱਡ ਕੇ ਦਵਾਈ ਖਾ ਕੇ ਉਹ ਵੀ ਆਪਣੀ ਸਿਹਤ ਨੂੰ ਕਾਮਯਾਬ ਕਰਨ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਵੀ ਪਰਿਵਾਰ, ਅਸੀਂ ਵੀ ਆਪਣਾ ਪਰਿਵਾਰ ਜਿਹੜਾ ਪਾਲ ਸਕੀਏ। ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਕੀ ਸੰਘਰਸ਼ ਹੋਊ ਤੁਹਾਡਾ? ਦੇਖੋ, ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ। ਔਰ ਫਿਲਹਾਲ ਅਸੀਂ ਜਿਹੜੀ ਆ ਪੈਨ ਡਾਊਨ ਸਟ੍ਰਾਈਕ ਕੀਤੀ ਆ। ਜੇਕਰ ਸਰਕਾਰ ਇਹ ਮੰਗਾਂ ਨਾ ਮੰਨੇਗੀ ਤਾਂ ਇਸੇ ਤਰ੍ਹਾਂ ਅਸੀਂ ਸੰਘਰਸ਼ ਆਪਣਾ ਹੋਰ ਤੇਜ਼ ਕਰਾਂਗੇ, ਜਿਸ ਦੇ ਬਾਵਜੂਦ ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਏਗਾ। ਤੁਸੀਂ ਮਰੀਜ਼ਾਂ ਨੂੰ ਕੋਈ ਦਵਾਈ ਦੁਈ ਦਿੱਤੀ ਅੱਜ ਕਿਸੇ ਨੂੰ? ਅੱਜ ਬਿਲਕੁਲ ਜੀ, ਅੱਜ ਪ੍ਰਸ਼ਾਸਨ ਨੇ ਇੰਤਜ਼ਾਮ ਕੀਤਾ ਸੀ ਮਰੀਜ਼ਾਂ ਨੂੰ ਦਵਾਈ ਦੇਣ ਲਈ, ਹੋਰ ਸਟਾਫ ਦਾ ਅਰੇਂਜਮੈਂਟ ਕੀਤਾ ਸੀ ਜਿਸ ਦੇ ਵਿੱਚ ਅਸੀਂ ਬਿਲਕੁਲ ਵਿਘਨ ਨਹੀਂ ਪਾਇਆ ਔਰ ਨਾ ਹੀ ਅਸੀਂ ਪਾਵਾਂਗੇ। ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀਆਂ ਤੁਰੰਤ ਮੰਗਾਂ ਮੰਨੇ। ਜਿਹੜੇ ਮਰੀਜ਼ ਸਵੇਰ ਤੋਂ 8 ਵਜੇ ਤੋਂ ਆਏ ਸੀ ਉਹ 12-1 ਵਜੇ ਆਪਣੀ ਦਵਾਈ ਲੈ ਕੇ ਗਏ ਨੇ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜਾ ਵੀ ਨਵਾਂ ਸਟਾਫ ਡਿਊਟੀ 'ਤੇ ਹਾਜ਼ਰ ਹੋਇਆ ਸੀ ਉਹਨਾਂ ਨੂੰ ਉਹਨਾਂ ਕੰਮ ਕਰਨ ਦਾ ਤਰੀਕਾ ਨਹੀਂ ਹੈਗਾ, ਜਿਸ ਕਾਰਨ ਮਰੀਜ਼ਾਂ ਨੂੰ ਵੀ ਬਹੁਤ ਪਰੇਸ਼ਾਨੀ ਆਈ ਹੈ ਔਰ ਸਾਨੂੰ ਵੀ ਇਹ ਚੀਜ਼ ਦੇਖ ਰਹੀ ਸੀ। ਪਰ ਅਸੀਂ ਵੀ ਮਜਬੂਰ ਸੀ ਕਿ ਅਸੀਂ ਕੁਝ ਕਰ ਨਹੀਂ ਸੀ ਸਕਦੇ, ਸਾਨੂੰ ਵੀ ਜੋ ਸਾਡੀ ਕਮੇਟੀ ਦਾ ਫੈਸਲਾ ਉਹ ਸਾਡੇ ਸਿਰ ਮੱਥੇ ਹੈ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਠੇਕੇ ਉੱਪਰ ਕੰਮ ਕਰ ਰਹੇ ਹਨ, ਉਹਨਾਂ ਨੂੰ ਬਹੁਤ ਘੱਟ ਤਨਖਾਹਾਂ ਮਿਲ ਰਹੀਆਂ ਹਨ ਅਤੇ ਸਰਕਾਰ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ। ਸੂਬੇ ਵਿੱਚੋਂ ਨਸ਼ੇ ਨੂੰ ਜੜੋਂ ਪੱਟਣ ਲਈ ਦਾਅਵੇ ਕਰ ਸੱਤਾ ਵਿੱਚ ਆਈ ਕੈਪਟਨ ਸਰਕਾਰ ਨਸ਼ੇ ਖਿਲਾਫ਼ ਮੁਹਿੰਮ ਕਿੰਨੀ ਕੁ ਸੰਜੀਦਗੀ ਨਾਲ ਚਲਾ ਰਹੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਸਮਝਿਆ ਜਾ ਸਕਦਾ ਹੈ, ਜਿੱਥੇ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ। ਇਹਨਾਂ ਨੇ ਨਸ਼ਾ ਪ੍ਰਭਾਵਿਤ ਲੋਕਾਂ ਦੇ ਇਲਾਜ ਵਿੱਚ ਮਦਦ ਕਰਨੀ ਹੈ, ਪਰ ਇਹਨਾਂ ਨੂੰ ਫਿਲਹਾਲ ਆਪਣੇ ਹੱਕਾਂ ਦੀ ਲੜਾਈ ਲੜਨੀ ਪੈ ਰਹੀ ਹੈ। ਅਜਿਹੇ ਵਿੱਚ ਨਸ਼ੇ ਖਿਲਾਫ਼ ਜੇ ਮੁਹਿੰਮ ਨੂੰ ਤਿੱਖਾ ਕਰਨਾ ਹੈ ਤਾਂ ਸਰਕਾਰਾਂ ਨੂੰ ਇਸ ਪਾਸੇ ਸੋਚਣਾ ਹੋਵੇਗਾ। ਤਰਨ ਤਾਰਨ ਤੋਂ ਪਵਨ ਸ਼ਰਮਾ, ਸਿੱਖ ਨਿਊਜ਼ ਐਕਸਪ੍ਰੈਸ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।